ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਬਿਕਮ ਜਿੱਠਿਆ ਕੇਸ ਬਾਰੇ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਚੱਲਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਆਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਇਸ ਵੇਲੇ ਦੀ ਵੱਡੀ ਖਬਰ ਅਕਾਲੀ ਦਲ ਦੇ ਆਗੂ ਤੇ ਸੀਨੀਅਰ ਲੀਡਰ ਬਿਕਮਜੀਤ ਠੀਆ ਨੇ ਆਪਣੇ ਉੱਚ ਅਹੁਦੇ ਤੇ ਉੱਪਰ ਕੇ ਜ਼ਰਾਦ ਕਰਵਾਉਣ ਦੇ ਲਈ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਤੇ ਅਕਾਲੀ ਆਗੂ ਦੀ ਕਲਾਫ ਇਹ ਕਿ ਇਸ ਪੰਜਾਬ ਪੁਲਿਸ ਦੇ ਐਨਡੀਪੀਐਸ ਤਹਿਤ ਦਰਜ ਕੀਤੇ ਸਨ ਬਿਕਮਜੀਤ ਠੀਆ ਨੂੰ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 23 ਫਰਵਰੀ ਦਾ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਸੀ ਮਜੀਠੀਆ ਨੇ ਬਾਅਦ ਵਿੱਚ ਅਦਾਲਤ ਵਿੱਚ ਆਪਣਾ ਆਤਮ ਸਮਰਪਣ ਕਾ ਦਿੱਤਾ ਸੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਕੈਦ ਹਨ ਤੇ ਉਹਨਾਂ ਦੀ ਜ਼ਮਾਨਤ ਅਰਜੀ ਵਿਦੇਸ਼ ਦਾਲਤ ਨੇ ਖਰਚ ਕਰ ਦਿੱਤੀ ਸਾਬਕਾ ਮੰਤਰੀ ਬਿਕਮ ਸਿੰਘ ਜੀ ਨੇ ਆਪਣੇ ਉੱਪਰ ਦਰਜ ਹੋਏ ਕੇਸਾਂ ਨੂੰ ਸਿਆਸਤੋਂ ਪ੍ਰੇਰਿਤ ਦੱਸੇ ਅਤੇ ਦੱਸਿਆ ਹੈ ਕਿ ਦਲੀਲ ਕੀਤੀ ਗਈ ਹੈ ਤੇ ਇਹਨਾਂ ਕੇਸਾਂ ਦੀ ਜਾਂਚ ਪਹਿਲਾਂ ਹੀ ਉੱਚ ਪੁਲਿਸ ਅਧਿਕਾਰੀ ਕਰ ਚੁੱਕੇ ਨੇ ਦੱਸਣਾ ਚਾਹੁੰਦੇ ਹੈ ਕਿ ਮਜੀਠੇ ਨੂੰ ਵਿਧਾਨ ਸਭਾ ਚੋਣਾਂ ਦੇ ਕਾਰਨ ਗ੍ਰਿਫਤਾਰੀ ਤੋਂ ਰਾਤ ਦਿੱਤੀ ਗਈ ਸੀ ਚੋਣਾਂ ਤੋਂ ਤੁਰੰਤ ਬਾਅਦ ਬਿਕਮ ਜੀਟੇ ਨੂੰ ਅਦਾਲਤ ਤੇ ਹੀ ਚਾਤਮ ਸਮਾਪਨ ਕੀਤਾ ਗਿਆ ਸੀ ਕਬਲ ਨਾ ਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ